ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਸਵਾਗਤ ਹੈ ਜੀ। ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਏਗੇ, ਵਧੀਆ ਹੋਏਗੇ। ਜੋ ਵੀ ਸਾਡੇ ਚੈਨਲ 'ਤੇ ਫਸਟ ਟਾਈਮ ਆਇਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਅਤੇ ਬੈੱਲ ਆਈਕਨ ਨੂੰ ਦਬਾ ਦੇਵੇ, ਜਿਹਦੇ ਨਾਲ ਉਹਨੂੰ ਅੱਛੇ ਅੱਛੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ। ਅੱਜ ਦੀ ਵੀਡੀਓ ਖੇਤੀ ਦੇ ਰਿਲੇਟਡ ਆ, ਕਿਉਂਕਿ ਜੈਸੇ ਵੀ ਹਮਨੇ ਪਹਿਲੇ ਆਪਕੋ ਬਤਾਇਆ ਥਾ ਕਿ ਹਮਨੇ ਧਾਨ ਕੀ ਕਟਿੰਗ, ਪਹਿਲੇ ਆਲੂ ਕੀ ਜੋ ਟ੍ਰੀਟ ਕੀਆ ਥਾ, ਉਸਕੇ ਬਾਅਦ ਮੇਂ ਧਾਨ ਕੀ ਕਟਾਈ ਕੀ ਵੀਡੀਓ ਡਾਲੀ ਥੀ, ਫਿਰ ਹਮਨੇ ਹੈਰੋ ਕੀ ਵੀਡੀਓ ਡਾਲੀ ਥੀ ਔਰ ਹੈਰੋ ਫੇਰ ਤੇ ਕੀ ਵੀ ਡਾਲੀ ਥੀ, ਔਰ ਉਸਕੇ ਬਾਅਦ ਕਾ ਜੋ ਸਟੈਪ ਹੈ ਵੋ ਇੱਕ ਮਤਲਬ ਬਹੁਤ ਬੜਾ ਸਟੈਪ ਹੈ, ਕਿਉਂਕਿ ਜਬ ਆਗ ਨਹੀਂ ਲਗਾਨੀ ਆਪਣੇ ਤੋਂ, ਸਟੈਪ ਬਾਈ ਸਟੈਪ ਆਪਕੋ ਜੋ ਵੀ ਕਰ ਰਹੇ ਹਮ ਫਾਰਮ ਆਪਣੇ ਫਾਰਮ ਪੇ ਵੋ ਆਪਕੋ ਦਿਖਾਤੇ ਰਹੇਗੇ। ਔਰ ਜੋ ਅਭੀ ਇਹ ਚੀਜ਼ ਨਾ ਵੀਡੀਓ ਸਰਕਾਰ ਤੱਕ ਵੀ ਪਹੁੰਚਣੀ ਚਾਹੀਏ ਕਿ ਜੋ ਕਿਸਾਨ ਲੋਕ ਹੈ ਉਨਕਾ ਕਿਤਨਾ ਖਰਚਾ ਸਿਰਫ ਪਰਾਲੀ ਕੋ ਦਬਾਨੇ ਕੇ ਲਈ ਆ ਰਹਾ ਹੈ, ਕਿਉਂਕਿ ਦੇਖ ਹੀ ਰਹੇ ਹੋ ਆਪ ਪਹਿਲੇ ਹਮਨੇ ਐਸ ਐਮ ਐਸ ਵਾਲੇ ਕੋ ਕਟਰ ਵਾਲੇ ਕੋ ਵੋ ਜ਼ਿਆਦਾ ਪੈਸੇ ਦੇਣੇ ਪੜਤੇ ਹੈ, ਉਸਕੇ ਬਾਅਦ ਮੇਂ ਫਿਰ ਹਮਨੇ ਜੋ ਹੈਰੋ ਫੇਰੀ ਹੈ, ਔਰ ਫੈਰੋ ਕੇ ਬਾਅਦ ਮੇਂ ਜੋ ਹਮ ਚੀਜ਼ ਕਰਤੇ ਹੈ ਵੋ ਆਜ ਦਿਖਾਤੇ ਹੈ ਆਪਕੋ। ਦੇਖੀ ਆਪ ਦੇਖ ਰਹੇ ਹੋ ਜੇ ਜੋ ਹਮਾਰਾ ਪਲਾਓ ਜ਼ਮੀਨ ਮੇਂ ਪਲਾਓ ਚੱਲ ਰਿਹਾ ਹੈ, ਔਰ ਯੇ ਲਿੰਕਪਨ ਕੰਪਨੀ ਕਾ ਹੈ, ਯੇ ਰਿਵਰਸੀਬਲ ਹੈ, ਦੋਨੋਂ ਸਾਈਡ ਪੇ ਚਲਤਾ ਹੈ, ਔਰ ਯੇ ਤੀਨ ਵਾਲਾ ਹੈ, ਕਿਉਂਕਿ ਇਸਕੋ ਚਾਰ ਵਾਲਾ ਵੀ ਖਿੱਚ ਸਕਤਾ ਹੈ, ਲੇਕਿਨ ਵੋ ਥੋੜ੍ਹਾ ਜੈਸੇ ਉਸਕੀ ਡੂੰਘਾਈ ਹੈ ਵੋ ਕਮ ਕਰਤੀ ਹੈ। ਯੇ ਦੇਖ ਸਕਤੇ ਹੋ ਆਪ, ਯੇ ਅਬ ਆਜ ਹਮ ਆਪਣੇ ਖੇਤ ਮੇਂ ਪਰਾਲੀ ਕੋ ਦਬਾਨੇ ਕੇ ਲੀਏ ਯੇ ਪਲਾਓ ਫੇਰ ਰਹੇ ਹੈ। ਯੇ ਦੇਖ ਸਕਤੇ ਹੋ ਆਪ ਕਿਤਨਾ, ਜੇ ਜੋ ਪਲਾਓ ਫੇਰਨੇ ਮੇਂ ਜੋ ਖਰਚਾ ਆਤਾ ਹੈ ਵੋ ਦੇਖ ਸਕਤੇ ਹੋ। ਟਰੈਕਟਰ ਕੀ ਇੱਕ ਤਰ੍ਹਾਂ ਇਸੇ ਜਾਨ ਹੀ ਨਿਕਾਲ ਦਿੱਤਾ ਹੈ, ਕਿਉਂਕਿ ਆਪਕੋ ਮੈਂ ਦਿਖਾਤਾ ਹੂੰ ਹਮ ਕਿਤਨੇ ਇੰਚ ਤੱਕ ਕੀ ਪਲਟੀ ਕਰਤੇ ਹੈ। ਪਹਿਲੇ ਆਪ ਪਲਾਓ ਚਲਤੇ ਦੇਖੇ, ਦੇਖੀਏ ਅਬ ਇੱਕ ਔਰ ਚੀਜ਼ ਦਿਖਾਉਣਾ ਚਾਹੂੰਗਾ। ਦੇਖੀਏ ਕਹੀਂ ਵੀ ਆਪਕੋ ਪਰਾਲੀ ਨਹੀਂ ਦਿਖੇਗੀ, ਇਹ ਦੇਖ ਸਕਤੇ ਹੋ ਆਪ, ਕਹੀਂ ਵੀ ਆਪਕੋ ਪਰਾਲੀ ਨਹੀਂ ਦਿਖੇਗੀ। ਔਰ ਯੇ ਜ਼ਿਆਦਾ ਸਿਲ ਹੋਣੇ ਕੇ ਕਾਰਨ ਇਹ ਦੇਖ ਸਕਤੇ ਹੋ ਆਪ ਮਿੱਟੀ ਗਿੱਲੀ ਹੈ ਅਭੀ। ਲੇਕਿਨ ਆਪਕੋ ਇੱਕ ਔਰ ਚੀਜ਼ ਦਿਖਾਤਾ ਹੂੰ, ਕਿਉਂਕਿ ਅਭੀ ਜੋ ਚਾਰ ਸਾਲ ਹੋ ਗਏ, ਸਾਤ ਅੱਠ ਸਾਲ ਹੋ ਗਏ ਹਮੇ ਇਹ ਕਾਮ ਕਰਤੇ ਹੋਏ, ਤੋ ਯੇ ਮਿੱਟੀ ਹੈ ਨਾ ਜੈਸੇ ਡਾਕਰ ਜ਼ਮੀਨ ਹੋਤੀ ਹੈ, ਮਤਲਬ ਤਕੜੀ ਜ਼ਮੀਨ ਬਣ ਚੁੱਕੀ ਹੈ। ਇਸਕਾ ਯੇ ਫਾਇਦਾ ਜ਼ਰੂਰ ਹੈ ਵੀ ਇਹ ਜ਼ਮੀਨ ਤਕੜੀ ਹੋ ਚੁੱਕੀ ਹੈ। ਔਰ ਆਪਕੋ ਦਿਖਾਤੇ ਹੈ ਕਿ ਯੇ ਦੇਖੀਏ, ਇਹ ਹਮਾਰਾ ਜੋ ਹੈ ਇਹ 14 ਸੇ 15 ਇੰਚ ਤੱਕ ਆ, ਮਤਲਬ ਮੈਂ ਕੋਈ ਫੀਤੇ ਸੇ ਤੋਂ ਨਾਪ ਰਿਹਾ, ਤੋਂ 14 ਸੇ 15 ਫੀਟ ਇੰਚ ਕਾ ਇਹ ਪਲਟਾ ਮਾਰ ਰਿਹਾ ਹੈ, ਜ਼ਮੀਨ ਕੋ ਪਲਟੀ ਕਰ ਰਿਹਾ ਹੈ। ਔਰ ਜੋ ਜ਼ਮੀਨ ਕੇ ਉੱਪਰ ਮੇਂ ਵਾਇਰਸ ਵਗੈਰਾ ਹੋਤੇ ਹੈ ਜਾਂ ਕੁਛ ਵੀ ਹੋਤਾ ਹੈ ਵੋ ਅਬ ਇੱਕ ਜ਼ਮੀਨ ਦੂਸਰੀ ਤਰਫ ਚਲੇਗੀ, ਮਤਲਬ ਉਸਕੋ ਪਲਟੀ ਵੱਜ ਗਈ ਔਰ ਨਈ ਜ਼ਮੀਨ ਨਿਕਲ ਆਈ ਹੈ। ਯੇ ਦੇਖ ਸਕਤੇ ਹੋ ਆਪ, ਜੇ ਜੋ ਨਈ ਜ਼ਮੀਨ ਹੈ ਇਸਕੀ ਉਪਜਾਊ ਸ਼ਕਤੀ ਬੜੀ ਅੱਛੀ ਹੋਗੀ, ਕਿਉਂਕਿ ਇਸਕੋ ਰੈਸਟ ਮਿਲੀ ਹੋਈ ਹੈ, ਨੀਚੇ ਥੀ ਯੇ 14 ਇੰਚ, ਤੋ ਅਬ ਯੇ 14 ਇੰਚ ਉੱਪਰ ਆ ਗਈ ਹੈ, ਤੋ ਇਸਕੋ ਇੱਕ ਤੋਂ ਰੈਸਟ ਮਿਲੀ ਹੋਈ ਹੈ, ਇੱਕ ਜੋ ਯੇ ਇਸਮੇ ਯੇ ਦੇਖੀਏ ਅਬ ਵੋ ਤਵੀਓ ਵਾਲਾ ਵੀ ਆਪਕੋ ਦਿਖਾਤਾ ਹੂੰ, ਕਿਉਂਕਿ ਯੇ ਵੀ ਦੋ ਵਾਰ ਹਮਨੇ ਤਵੀਆਂ ਮਾਰੀ ਹੋਈ ਹੈ ਔਰ ਯੇ ਬਰੀਕ ਹੋ ਚੁੱਕਾ ਹੈ। ਅਬ ਇਸਮੇ ਪਲਾਓ ਚਲੇਗਾ, ਪਲਾਓ ਕੇ ਬਾਅਦ ਮੇਂ ਜੋ ਵੀ ਹੋਗਾ ਮੈਂ ਆਪਕੋ ਫਿਰ ਵੀਡੀਓ ਮੇਂ ਬਤਾਊਂਗਾ। ਦੇਖੀਏ ਯੇ ਪਲਾਓ ਫਿਰ ਰਿਹਾ ਹੈ ਹਮਾਰਾ, ਅਭੀ ਦੁਬਾਰਾ ਟਰੈਕਟਰ ਵਹਾਂ ਸੇ ਆ ਰਿਹਾ ਹੈ ਉਧਰ ਸੇ, ਇਹ ਦੇਖ ਸਕਤੇ ਹੋ ਆਪ। ਪਲਾਓ ਕੇ ਬਾਅਦ ਮੇਂ ਵੀ ਬਹੁਤ ਕੁਛ ਹੋਤਾ ਹੈ, ਅਭੀ ਤੋ ਟ੍ਰੇਲਰ ਹੈ, ਫਿਲਮ ਅਭੀ ਬਾਕੀ ਹੈ, ਕਿਉਂਕਿ ਯਹਾਂ ਪਰ ਹਮਾਰਾ ਜੋ ਆਜ ਕਾ ਖਰਚਾ ਹੈ
वो 7 से 8 हजार रुपया सिर्फ ये खेत पलटन के लिए आ रहा है, क्योंकि पहले SMS वाले को थोड़ा ज़्यादा पैसा देना पड़ता है, फिर उसके बाद में 2 बार हैरो फेरनी पड़ती है, फिर ये प्लाओ। उसके बाद की वीडियो भी मैं आपको बना के बताता रहूँगा, इसके बाद में हम क्या फेरते हैं क्या करते हैं। ये देखिए ये ट्रैक्टर की जान निकली हुई है, कम से कम 10 लीटर घंटे का खा रहा होगा ये, तो 1 किला ही घंटे में निकालता है, तो औसतन जो आज के रेट में 87 रुपये रेट है तेल का, तो 870 रुपये का तो ये खा ही रहा है। ज़्यादा ही होगा, कम नहीं होगा, क्योंकि ये खर्चा इस पर बहुत ज़्यादा आता है। कुछ सरकार हेल्प करे तो हम, हमारा भी कोई शौक नहीं है कि हम खेत में आग लगाएं और अच्छे वो करें, पर लेकिन जेकर आप प्लाओ खेत में फराते हो, चाहे आपने कनक भी बीजनी है, तो आपको बड़ा अच्छा रिस्पॉन्स आएगा। तो जैसे ये देखो प्लाओ चल रहा है, अभी सोसाइटी में बहुत से प्लाओ आ रहे हैं, आप उनसे फिरा लो। पर लेकिन मैं एक और चीज़ बड़ी बताना चाहूँगा, यहाँ पर बहुत से प्लाओ बनते हैं, लेकिन जो लिंकन का प्लाओ है वो सबसे बढ़िया है, क्योंकि ये दूसरे के मुकाबले स्मूथली चलता है ये देख सकते हो आप, और बड़ी अच्छी चीज़ बनाई है ये लिंकन वालों ने, जो पंजाब में ज़्यादातर इन्हीं का प्लाओ बिक रहा है। है तो काफ़ी कॉस्टली है, लेकिन सब्सिडी वगैरह पाके ठीक हो जाता है ये देख सकते हो आप, लिंकन कंपनी का है ये, 4 व्हील 7500 के पीछे चल रहा है, लेकिन इसके पीछे एक और प्लाओ भी चल सकता है ये देख सकते हो। मतलब बाहरली टेक्निक की है, क्योंकि अभी तक गोरे ये टेक्निक बरतते थे, तो आप देख सकते हो प्लाओ चल रहा है। अगर आपको हमारी ये वीडियो अच्छी लगी तो लाइक शेयर कमेंट जरूर करें, और हमारा चैनल सब्सक्राइब करना मत भूलें। थैंक यू।